ਹਾਏ ਦੱਸੋ ਭਾਈ ਵੀ ਤੁਸੀਂ ਜਦੋਂ ਮੇਰੀ ਵੀਡੀਓ ਦੇਖੀ ਸੀਗੀ ਤੇ ਵੀ ਤੁਸੀਂ ਸਾਨੂੰ ਲੱਭਦੇ ਸੀਗੇ ਉਦੋਂ ਹਾਂ ਲੱਭਦੇ ਸੀ ਭੈਣ ਅੱਛਾ ਤੇ ਜਦੋਂ ਵੀ ਸੋਨੂੰ ਪੁੱਛਿਆ ਗਾ ਕੁੜੀਆਂ ਨੇ ਵੀ ਤੁਸੀਂ ਵੀਡੀਓ ਨਹੀਂ ਪਾਈ ਭਰਾ ਦੇ ਰੱਖਣੀ ਬੰਨਦੇ ਹੋ ਵੀਡੀਓ ਪਾਉਣੀ ਸੀ ਤਾਂ ਤੁਸੀਂ ਭਾਵਕ ਹੋ ਕੇ ਕਿਹਾ ਮੇਰੇ ਵੀਰ ਨਹੀਂ ਹੈਗਾ ਮੈਂ ਉਹਦੀ ਪਰਮਾਤਮਾ ਅੱਗੇ ਬੇਨਤੀ ਕਰੀ ਵੀ ਜਲਦੀ ਤੋਂ ਜਲਦੀ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਮੈਨੂੰ ਭੈਣ ਨਾਲ ਮਿਲਾ ਤੇ ਮੈਂ ਉਸ ਭੈਣ ਦਾ ਵੀਰ ਬਣੂੰਗਾ ਤੇ ਮੈਂ ਉਹਦੋਂ ਰੱਖੜੀ ਬਣਾ ਕੇ ਲਿਆ ਜਦੋਂ ਬਾਬਾ ਜੀ ਨੇ ਤੁਹਾਡੇ ਨਾਲ ਸਾਨੂੰ ਆਦੇਸ਼ ਹਸਪਤਾਲ 'ਚ ਮਿਲਾਇਆ ਤੁਸੀਂ ਭੈਣੇ ਮੇਰੇ ਰੱਖੜੀ ਬੰਨੀ ਮੈਨੂੰ ਬਹੁਤ ਖੁਸ਼ੀ ਹੋਈ ਪੂਰੇ ਪਰਿਵਾਰ ਨੂੰ ਖੁਸ਼ੀ ਹੋਈ ਤੁਸੀਂ ਦੱਸ ਰਹੇ ਸੀ ਬਾਈ ਵੀ ਮਤਲਬ ਕਿ ਰੱਬ ਨੇ ਤੁਹਾਨੂੰ ਕਿੱਦਾਂ ਮਿਲਾਇਆ ਹਨਾ ਕਿਵੇਂ ਤੁਹਾਡੇ ਮਨ ਦੀ ਇੱਛਾ ਪੂਰੀ ਹੋਈ ਹੈ ਤੇ ਪਹਿਲਾਂ ਤੁਹਾਨੂੰ ਕਿੱਦਾਂ ਮਤਲਬ ਕਿ ਗਲਤ ਫੀਲ ਹੋ ਰਿਹਾ ਸੀ ਵੀ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਸੀ ਕਿਸੇ ਦਾ ਹਾਂ ਬਾਈ ਮੇਰੇ ਵੱਡੇ ਭੈਣ ਦਾ ਤੇ ਜੀਜਾ ਜੀ ਦਾ ਐਕਸੀਡੈਂਟ ਹੋ ਗਿਆ ਸੀ ਉਹ ਮੇਰੇ ਰੱਖੜੀ ਬੰਨਣ ਆਈ ਸੀ ਭੈਣ ਤੇ ਜਦੋਂ ਉਹ ਰੱਖੜੀ ਬੰਨ ਕੇ ਚਲੇ ਗਏ ਤੇ ਭੈਣ ਦੀ ਮੈਂ ਵੀਡੀਓ ਦੇਖੀ ਸੀ ਮੈਂ ਕਿਹਾ ਰੱਬਾ ਵੱਡੀ ਭੈਣ ਤਾਂ ਰੱਖੜੀ ਮੇਰੇ ਬੰਨ ਗਈ ਵੀ ਛੋਟੀ ਭੈਣ ਨੇ ਰੱਖੜੀ ਮੇਰੇ ਬੰਨਣੀ ਸੀ ਵੀ ਕੋਈ ਸਬੱਬ ਨਹੀਂ ਬਣ ਰਿਹਾ ਵੀ ਭੈਣ ਕਿੱਥੋਂ ਦੀ ਆ ਕੀ ਐਡਰੈਸ ਆ ਵੀ ਰੱਬਾ ਜਲਦੀ ਤੋਂ ਜਲਦੀ ਤੂੰ ਭੈਣ ਨੂੰ ਮਿਲਾ ਤੇ ਉਹ ਭੈਣ ਮੇਰੇ ਰੱਖੜੀ ਬੰਨੇ ਤੇ ਮੈਂ ਉਸ ਭੈਣ ਦਾ ਵੀਰ ਬਣਾ ਤੇ ਬਾਈ ਜੀ ਪਰਮਾਤਮਾ ਨੇ ਸੁਣੀ ਜਾਂ ਸਬੱਬ ਬਣਿਆ ਭੈਣ ਦਾ ਤੇ ਜੀਜਾ ਜੀ ਦਾ ਜਾਂਦੇ ਹੋਏ ਦਾ ਰੱਬ ਨੇ ਐਕਸੀਡੈਂਟ ਹੋ ਗਿਆ ਅੱਛਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਅਸੀਂ ਆਦੇਸ਼ ਹਸਪਤਾਲ 'ਚ ਲੈ ਕੇ ਚੱਕ ਗਏ ਉੱਥੇ ਚਲੋ ਭੈਣ ਦਾ ਵੀ ਇਲਾਜ ਕਰਾਇਆ ਠੀਕ ਠਾਕ ਸੀ ਜੀਜਾ ਜੀ ਵੀ ਠੀਕ ਠਾਕ ਰਹੇ ਸੱਟ ਤਾਂ ਜ਼ਿਆਦਾ ਸੀਗੀ ਪਰ ਦੂਸਰੇ ਦਿਨ ਬਾਈ ਜੀ ਤੁਸੀਂ ਜਦੋਂ ਮੈਂ ਤੁਹਾਨੂੰ ਦੇਖਿਆ ਉਸ ਹਸਪਤਾਲ 'ਚ ਆਉਂਦਿਆਂ ਨੂੰ ਮੈਂ ਤੁਹਾਨੂੰ ਪੁੱਛਿਆ ਵੀ ਬਾਈ ਜੀ ਤੁਸੀਂ ਵੀਡੀਓ ਪਾਈ ਸੀ ਉਹੀ ਵੀਰ ਹੋ ਤੇ ਤੁਸੀਂ ਕਿਹਾ ਹਾਂ ਮੈਂ ਉਹੀ ਹਾਂ ਤੇ ਤੁਹਾਡੀ ਭੈਣ ਵੀ ਮੇਰੇ ਨਾਲ ਹੀ ਆ ਵੀ ਤੁਸੀਂ ਹਸਪਤਾਲ 'ਚ ਜਾ ਕੇ ਮਿਲੇ ਫਿਰ ਭੈਣ ਜੀ ਹਸਪਤਾਲ ਤੋਂ ਬਾਹਰ ਆ ਕੇ ਸਾਨੂੰ ਰੋਡ 'ਤੇ ਮਿਲੇ ਭੈਣ ਸੀ ਤੁਸੀਂ ਵੀ ਮਿਲੇ ਡੈਡੀ ਜੀ ਨਾਲ ਮਿਲੇ ਭੈਣ ਜੀ ਤੋਂ ਮੈਂ ਜਦੋਂ ਰੱਖੜੀ ਬਣਾਈ ਤਾਂ ਮੈਨੂੰ ਬਹੁਤ ਖੁਸ਼ੀ ਚਲੋ ਤੁਹਾਡੇ ਮਨ ਦੀ ਇੱਛਾ ਪੂਰੀ ਹੋ ਗਈ ਪਰਮਾਤਮਾ ਨੇ ਸੁਣ ਲਈ ਚਲੋ ਵਧੀਆ ਬਾਈ ਵਧੀਆ ਗੱਲ ਆ ਗਈ ਤੇ ਸਾਨੂੰ ਬਾਈ ਨੇ ਕਿਹਾ ਵੀ ਸੀਗਾ ਬਾਈ ਕਹਿੰਦਾ ਸੀਗਾ ਕਿ ਮਤਲਬ ਕਿ ਤੁਸੀਂ ਕਹਿੰਦਾ ਵੀ ਆ ਕੇ ਜਾਇਓ ਘਰੇ ਅੱਜ ਅਸੀਂ ਬਾਈ ਕੋਲ ਘਰੇ ਆਏ ਹੋਏ ਸੀਗੇ ਜਾਂਦੇ ਜਾਂਦੇ ਅਸੀਂ ਚੰਡੀਗੜ੍ਹ ਜਾ ਰਹੇ ਸੀਗੇ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਬਾਈ ਤੁਹਾਨੂੰ ਮਿਲ ਕੇ ਘਰੇ ਆ ਕੇ ਬਹੁਤ ਵਧੀਆ ਲੱਗਿਆ ਤੇ ਭੈਣ ਦਾ ਸੁਭਾਅ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਇੰਨਾ ਵਧੀਆ ਸੁਭਾਅ ਅਸੀਂ ਦੇਖਿਆ ਕਿ ਇੰਨਾ ਕਿਸੇ ਦਾ ਵੀ ਇੰਨਾ ਜ਼ਿਆਦਾ ਸੁਭਾਅ ਇੰਨਾ ਵਧੀਆ ਹੁੰਦਾ ਹੈਗਾ ਤੇ ਕਿਰੇ ਬਾਈ ਬਹੁਤ ਜ਼ਿਆਦਾ ਸੁਭਾਅ ਭਾਬੀ ਦਾ ਵੀ ਚੰਗਾ ਸੁਭਾਅ ਹੈਗਾ